ਮੈਂ ਦਲਵਾਗ ਸਿੰਘ, ਗੌਰਮੈਂਟ ITI ਮੀਰਚੰਦ ਜਲੰਧਰ ਤੋਂ। ਮੇਰਾ ਅੱਜ ਦਾ ਟੋਪਿਕ ਡਿਫਰੈਂਟ ਮੈਥਡਸ ਆਫ ਹੀਟ ਟ੍ਰੀਟਮੈਂਟ, ਹੀਟ ਟ੍ਰੀਟਮੈਂਟ ਆਫ ਪਲੇਨ ਕਾਰਬਨ ਸਟੀਲ। ਸੋ ਇਹ ਜਿਹੜੀ ਪਹਿਲੀ ਮੇਰੀ ਵੀਡੀਓ ਸੀ ਉਹਦੇ ਸੈਕਿੰਡ ਪਾਰਟ ਵਾ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਹੜੇ ਕਿਹੜੇ ਤਰੀਕੇ ਹੈਗੇ ਨੇ ਹੀਟ ਟ੍ਰੀਟਮੈਂਟ ਦੇ, ਮੈਥਡ ਕਿਹੜੇ ਕਿਹੜੇ ਆ। ਇੱਕ ਹੈ ਹਾਰਡਨਿੰਗ, ਦੂਸਰਾ ਹੈ ਟੈਂਪਰਿੰਗ, ਤੀਸਰਾ ਹੈ ਅਨੀਲਿੰਗ, ਚੌਥਾ ਹੈ ਨੋਰਮਲਾਈਜ਼ਿੰਗ, ਪੰਜਵਾਂ ਹੈ ਸਰਫਸ ਹਾਰਡਨਿੰਗ। ਇਹ ਤਰੀਕੇ ਆ ਜਿਹੜੇ ਅਸੀਂ ਹੀਟ ਟ੍ਰੀਟਮੈਂਟ ਦੇ ਨਾਲ ਕਿਸੇ ਸਟੀਲ 'ਤੇ ਜਾਂ ਕਿਸੇ ਧਾਤੂ 'ਤੇ ਕਰਦੇ ਹਾਂ। ਇਹਦੇ ਵਿੱਚ ਜੇ ਮੈਂ ਗੱਲ ਕਰਾਂ ਹਾਰਡਨਿੰਗ ਦੀ, ਹਾਰਡਨਿੰਗ ਆਫ ਕਾਰਬਨ ਸਟੀਲ, ਹਾਰਡਨਿੰਗ ਇਜ਼ ਏ ਹੀਟ ਟ੍ਰੀਟਮੈਂਟ ਪ੍ਰੋਸੈਸ ਇਨ ਵਿੱਚ ਸਟੀਲ ਇਜ਼ ਹੀਟਡ ਟੂ 30 degree to 50 degree ਸੈਂਟੀਗ੍ਰੇਡ ਅਬਵ ਦਾ ਕ੍ਰਿਟੀਕਲ ਰੇਂਜ, ਦੈਨ ਦਾ ਸਟੀਲ ਇਜ਼ ਰੈਪਿਡਲੀ ਕੂਲਡ ਥਰੂ ਏ ਕੂਲਿੰਗ ਮੀਡੀਆ। ਕਹਿਣ ਤੋਂ ਭਾਵ ਕਿ ਹਾਰਡਨਿੰਗ ਇੱਕ ਅਜਿਹਾ ਪ੍ਰੋਸੈਸ ਹੈ ਜਿਸ ਦੇ ਵਿੱਚ ਅਸੀਂ ਜਿਹੜੀ ਆ ਸਟੀਲ ਨੂੰ ਉਹ ਟੈਂਪਰੇਚਰ ਦਿੰਦੇ ਹਾਂ ਉਹਦੇ ਅਪਰ ਕ੍ਰਿਟੀਕਲ ਟੈਂਪਰੇਚਰ ਤੋਂ 30 to 50 degree ਜ਼ਿਆਦਾ, ਯਾਨੀ ਕਿ ਉਹਦੇ ਅਪਰ ਕ੍ਰਿਟੀਕਲ ਟੈਂਪਰੇਚਰ ਤੋਂ ਅਸੀਂ 30 to 50 degree ਜ਼ਿਆਦਾ ਟੈਂਪਰੇਚਰ 'ਤੇ ਅਸੀਂ ਉਹਨੂੰ ਲੈ ਜਾਂਦੇ ਹਾਂ, ਫਿਰ ਉਹਨੂੰ ਅਸੀਂ ਆ ਤੇਜ਼ੀ ਦੇ ਨਾਲ ਠੰਡਾ ਕਰਦੇ ਹਾਂ। ਤੋ ਇਹ ਕਰਨ ਦੇ ਨਾਲ ਕੀ ਹੁੰਦਾ ਆ, ਫਿਰ ਉਹ ਜਿਹੜਾ ਹੈਗਾ ਆ ਉਹ ਹਾਰਡ ਹੋ ਜਾਂਦਾ ਮਟੀਰੀਅਲ, ਉਹ ਮਟੀਰੀਅਲ ਜਿਹੜਾ ਆ ਫਿਰ ਉਹਦੇ 'ਚ ਹਾਰਡਨਿੰਗ ਦਾ ਗੁਣ ਆ ਜਾਂਦਾ। ਹੁਣ ਹਾਰਡਨਿੰਗ ਅਸੀਂ ਕਰਦੇ ਕਿਉਂ ਆ, ਹਾਰਡਨਿੰਗ ਦਾ ਪਰਪਜ਼ ਵਾ ਕਿ ਉਹਦੇ 'ਚ ਜੋ ਮਟੀਰੀਅਲ ਵਾ ਟੂ ਡਿਵੈਲਪ ਹਾਈ ਹਾਰਡਨੈਸ ਐਂਡ ਵੀਅਰ ਰਜਿਸਟੈਂਸ ਪ੍ਰੋਪਰਟੀਜ਼, ਕਿ ਉਹਦੇ ਵਿੱਚ ਇੱਕ ਹਾਈ ਹਾਰਡਨੈਸ ਦਾ ਗੁਣ ਆ ਜਾਏ, ਸਖਤ ਦਾ ਗੁਣ ਆ ਜਾਏ, ਤਾਂ ਜਿਹਦੇ ਕਰਕੇ ਉਹ ਉਹਦੇ 'ਚ ਟੁੱਟ ਭੱਜ ਨਾ ਹੋਵੇ, ਜਿਹਨੂੰ ਅਸੀਂ ਕਹਿ ਦਿੰਦੇ ਘਸੇ ਨਾ ਜਲਦੀ ਹੋ। ਤੋ ਇਸ ਕਰਕੇ ਜਿਹੜਾ ਆ ਅਸੀਂ ਹਾਰਡਨਿੰਗ ਕਰਦੇ ਹਾਂ। ਹਾਰਡਨਿੰਗ ਇਫੈਕਟ ਦਾ ਮਕੈਨੀਕਲ ਪ੍ਰੋਪਰਟੀਜ਼ ਆਫ ਸਟੀਲ ਲਾਈਕ ਸਟਰੈਂਥ, ਟਫਨੈਸ, ਡਕਟਿਲਿਟੀ। ਸੋ ਜਿਹੜੀ ਹਾਰਡਨੈਸ ਵਾ ਉਹ ਸਾਡੀ ਮਕੈਨੀਕਲ ਪ੍ਰੋਪਰਟੀ ਹੈ, ਜਿਵੇਂ ਸਟਰੈਂਥ ਵਾ, ਟਫਨੈਸ ਵਾ, ਡਕਟਿਲਿਟੀ ਆ, ਇਹਨੂੰ ਵੀ ਪ੍ਰਭਾਵਿਤ ਕਰਦੀ ਆ। ਅਤੇ ਹਾਰਡਨੈਸ ਇਸ ਕਰਕੇ ਵੀ ਕਰਦੇ ਹਾਂ ਕਿ ਜਿਹੜੇ ਸਾਡਾ ਉਹ ਧਾਤੂ ਆ ਉਹਦੇ 'ਚ ਕਟਿੰਗ ਦਾ ਗੁਣ ਆ ਜਾਵੇ। ਸੋ ਇਸ ਕਰਕੇ ਹਾਰਡਨਿੰਗ ਅਸੀਂ ਕਰਦੇ ਹਾਂ। ਹੁਣ ਇਹ ਕਰਦੇ ਕਿਵੇਂ ਆ? ਸੋ ਹਾਰਡਨਿੰਗ ਜਿਹੜੀ ਕਰਨ ਦਾ ਪ੍ਰੋਸੈਸ ਹੈਗਾ ਆ, ਪ੍ਰੋਸੈਸ ਆਫ ਹਾਰਡਨਿੰਗ, ਸਟੀਲ ਵਿਦ ਏ ਕਾਰਬਨ ਕੰਟੈਂਟ ਅਬਵ 0.4% ਇਜ਼ ਹੀਟਡ ਟੂ 30 to 50 degree ਸੈਂਟੀਗ੍ਰੇਡ ਅਪ ਦਾ ਅਪਰ ਕ੍ਰਿਟੀਕਲ ਟੈਂਪਰੇਚਰ। ਸੋ ਉਹਦੇ ਤੋਂ ਅਬਵ ਜਿਹੜਾ ਅਪਰ ਕ੍ਰਿਟੀਕਲ ਟੈਂਪਰੇਚਰ ਉਹਦੇ ਤੋਂ 30 to 50 degree ਅਸੀਂ ਉੱਪਰ ਲੈ ਜਾਂਦੇ ਹਾਂ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ। ਸੋ ਉਸ ਤਰੀਕੇ ਦੇ ਨਾਲ ਉੱਥੇ ਲਿਜਾ ਕੇ ਫਿਰ ਅਸੀਂ ਉਹਨੂੰ ਸੋਕਿੰਗ ਟਾਈਮ ਦਿੰਦੇ ਹਾਂ। ਸੋਕਿੰਗ ਟਾਈਮ ਮੈਂ ਪਹਿਲਾਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਸੋਕਿੰਗ ਟਾਈਮ ਉਹ ਹੁੰਦਾ ਕੁਛ ਟਾਈਮ ਲਈ ਉੱਥੇ ਉਸ ਟੈਂਪਰੇਚਰ 'ਤੇ ਉਹਨੂੰ ਰੋਕਣਾ, ਤਾਂ ਕਿ ਸਾਡਾ ਜਿਹੜਾ ਸਾਰੀ ਉਸ ਜਿਹੜਾ ਸਾਡਾ ਧਾਤੂ ਆ ਉਹਦੇ ਵਿੱਚ ਇਕਸਾਰ ਹੋ ਜਾਵੇ, ਜਿਹੜਾ ਸਟੀਲ ਆ ਉਹਦੇ 'ਚ ਇਕਸਾਰ ਜਿਹੜੀ ਆ ਉਹ ਸਾਡਾ ਜਿਹੜਾ ਟੈਂਪਰੇਚਰ ਹੋ ਜਾਵੇ। ਤਾਂ ਇਸ ਕਰਕੇ ਉਹਨੂੰ ਅਸੀਂ ਉਹ ਸੋਕਿੰਗ ਟਾਈਮ ਦਿੰਦੇ ਹਾਂ, ਉਹਨੂੰ ਰੋਕਦੇ ਹਾਂ। ਸੋ ਇਹ ਜਿਹੜਾ ਰਿਕਮੈਂਡਡ ਹੈਗਾ ਆ 10 mm ਥਿਕਨੈਸ ਹੈਗੀ ਆ, ਜੇ ਸਟੀਲ ਦੀ 10 mm ਮੋਟਾ ਤਾਂ ਉਹਨੂੰ 5 ਮਿੰਟ ਤੱਕ ਰੋਕਣਾ ਹੁੰਦਾ ਆ। ਇਹ ਮਤਲਬ ਅਪਰੋਕਸੀਮੇਟਲੀ ਟਾਈਮ ਆ ਲਗਭਗ ਵਾ ਇੰਨਾ ਕੁ ਅਸੀਂ ਜਿਹੜਾ ਆ ਰੋਕਦੇ ਹਾਂ। ਜੇ ਮੋਟੇ ਆ ਜੇ ਇਸ ਤੋਂ ਥੋੜ੍ਹਾ ਜ਼ਿਆਦਾ ਟਾਈਮ ਦੇ ਸਕਦੇ ਹਾਂ, ਜੇ ਘੱਟ ਵਾ ਤਾਂ ਉਹਨੂੰ ਘੱਟ ਟਾਈਮ ਦੇ ਸਕਦੇ ਹਾਂ। ਕਹਿਣ ਦਾ ਭਾਵ ਕਿ 1 ਸਾਰ ਟੈਂਪਰੇਚਰ ਉਹਦਾ ਕਰਨਾ ਆ। ਦੈਨ ਦਾ ਸਟੀਲ ਇਜ਼ ਕੂਲਡ ਰੇਪਿਡਲੀ ਇਨ ਸੂਟੇਬਲ ਕੂਲਿੰਗ ਮੀਡੀਆ, ਫਿਰ ਅਸੀਂ ਉਹਨੂੰ ਤੇਜ਼ੀ ਦੇ ਨਾਲ ਠੰਡਾ ਕਰਦੇ ਹਾਂ, ਜਿਹੜਾ ਕੂਲਿੰਗ ਮੀਡੀਆ ਉਹਦੇ ਵਿੱਚ। ਕੂਲਿੰਗ ਮੀਡੀਆ ਹੁਣ ਹੋ ਸਕਦਾ ਆ ਵਾਟਰ, ਓਇਲ, ਬ੍ਰਾਈਨ ਸਲਿਊਸ਼ਨ ਔਰ ਏਅਰ, ਇਹਨੂੰ ਯੂਜ਼ ਐਜ਼ ਏ ਕੂਲਿੰਗ ਮੀਡੀਆ, ਇਹਨੂੰ ਅਸੀਂ ਕੂਲਿੰਗ ਮੀਡੀਆ ਦੇ ਤੌਰ 'ਤੇ ਅਸੀਂ ਯੂਜ਼ ਕਰ ਸਕਦੇ ਹਾਂ। ਜਿਹੜਾ ਪਾਣੀ ਆ, ਓਇਲ ਆ, ਬ੍ਰਾਈਨ ਸਲਿਊਸ਼ਨ ਆ, ਯਾਨੀ ਕਿ ਜਿਹੜਾ
ਉਹਦਾ ਘੋਲ ਹੈਗਾ ਨਮਕ ਦਾ, ਪਾਣੀ ਅਤੇ ਨਮਕ ਦਾ, ਜਾਂ ਸਾਡਾ ਜਿਹੜਾ ਹੈਗਾ ਆ ਏਅਰ ਹੈਗੀ ਉਹਦੇ ਵਿੱਚ ਅਸੀਂ ਕਰ ਸਕਦੇ ਹਾਂ। ਇਹ ਅਸੀਂ ਕਿਉਂਕਿ ਅਸੀਂ ਕਿੰਨੀ ਤੇਜ਼ੀ ਦੇ ਨਾਲ ਕਰਨਾ ਹੈਗਾ ਆ, ਅਸੀਂ ਉਹ ਇਹ ਮੀਡੀਆ ਜਿਹੜਾ ਆ ਉਸ ਹਿਸਾਬ ਦੇ ਨਾਲ ਯੂਜ਼ ਕਰਨਾ ਆ, ਮੀਡੀਅਮ ਜਿਹੜਾ ਹੈਗਾ ਆ ਵੀ ਕਿਹਦੇ ਵਿੱਚ ਅਸੀਂ ਕਰਨਾ ਆ, ਕਿਉਂਕਿ ਇਹਨਾਂ ਦੇ ਵਿੱਚ ਇਹ ਜਿਹੜਾ ਅਗਰ ਅਸੀਂ ਗੱਲ ਕਰੀਏ ਵਾਟਰ, ਵਾਟਰ ਦੇ ਵਿੱਚ ਜਿਹੜਾ ਆ ਉਹ ਜਲਦੀ ਠੰਡਾ ਹੁੰਦਾ, ਅਤੇ ਓਇਲ ਦੇ ਵਿੱਚ ਉਹਦੇ ਨਾਲੋਂ ਸਲੋ ਸਪੀਡ 'ਤੇ ਠੰਡਾ ਹੁੰਦਾ, ਜਿਹੜਾ ਵਲਾਈਨ ਸੋਲਿਊਸ਼ਨ ਵਾ ਇਹ ਪਾਣੀ ਨਾਲੋਂ ਵੀ ਤੇਜ਼ੀ ਨਾਲ ਠੰਡਾ ਕਰ ਦਿੰਦਾ। ਸੋ ਏਅਰ ਜਿਹੜੀ ਆ ਉਹ ਇਹਨਾਂ ਨਾਲੋਂ ਸਭ ਤੋਂ ਘੱਟ ਜਿਹੜੀ ਆ ਹੌਲੀ ਹੌਲੀ ਠੰਡੀ ਹੋਊਗੀ। ਸੋ ਇਹ ਡਿਪੈਂਡ ਕਰਦਾ ਆ ਜਿਹੜੀ ਤੁਹਾਡੀ ਹਾਰਡਨੈਸ ਵਾ ਉਸ ਮਟੀਰੀਅਲ ਦੀ ਕਿ ਕਿੰਨੀ ਆਊਗੀ, ਉਹਦੇ 'ਚ ਹਾਰਡਨੈਸ ਦਾ ਗੁਣ ਕਿੰਨਾ ਆਏਗਾ, ਉਹਦੇ 'ਚ ਕਾਰਬਨ ਦੀ ਮਾਤਰਾ ਕਿੰਨੀ ਆ, ਦੂਸਰਾ ਤੁਸੀਂ ਉਹਨੂੰ ਠੰਡਾ ਕਰਨ ਦਾ ਉਹ ਕਿੰਨੀ ਤੇਜ਼ੀ ਦੇ ਨਾਲ ਕਿਹੜਾ ਤਰੀਕਾ ਤੁਸੀਂ ਵਰਤਿਆ। ਸੋ ਉਸ ਤਰੀਕੇ ਦੇ ਨਾਲ ਉਹਦੇ 'ਚ ਜਿਹੜੀ ਤੁਸੀਂ ਮੈਥਡ ਵਰਤਿਆ ਆ ਉਹਦੇ ਜਿਹੜੀ ਆ ਹਾਰਡਨਿੰਗ ਉਸ ਹਿਸਾਬ ਦੇ ਨਾਲ ਉਹਦੇ 'ਚ ਆਏਗੀ। ਅਗਲਾ ਹੈਗਾ ਮੇਰਾ ਟੈਂਪਰਿੰਗ ਦਾ ਹਾਰਡਨਿੰਗ, ਹਾਰਡਨ ਸਟੀਲ। ਸੋ ਜਦੋਂ ਅਸੀਂ ਹਾਰਡ ਕਰ ਦਿੱਤਾ ਉਹਦੇ ਨਾਲ ਕੀ ਹੋਇਆ, ਜਿਹੜਾ ਹਾਰਡ ਕੀਤਾ ਆ ਮਟੀਰੀਅਲ ਅਸੀਂ ਜਾਂ ਜਿਹੜਾ ਕਾਰਬਨ ਸਟੀਲ ਉਹਦੇ 'ਚ ਹਾਰਡਨੈਸ ਦਾ ਗੁਣ ਆ ਜਾਂਦਾ, ਉਹਦੇ 'ਚ ਭੁੰਗਰਤਾ ਦਾ ਗੁਣ ਆ ਜਾਂਦਾ, ਉਹਦੇ ਕਰਕੇ ਕੀ ਆ ਭੁੰਗਰਤਾ ਦਾ ਗੁਣ ਆਉਣ ਕਰਕੇ ਫਿਰ ਉਹ ਸਾਡੀ ਜਿਹੜੀ ਚੀਜ਼ ਆ ਉਹ ਜਲਦੀ ਭੁਰਦੀ ਆ ਤੋਂ ਟੁੱਟਦੀ ਆ। ਸੋ ਉਹ ਗੁਣ ਨੂੰ ਦੂਰ ਕਰਨ ਦੇ ਲਈ ਫਿਰ ਅਸੀਂ ਟੈਂਪਰਿੰਗ ਕਰਦੇ ਹਾਂ ਕਿ ਥੋੜ੍ਹਾ ਉਹਦੇ 'ਚ ਜਿਹੜੀ ਆ ਉਹਦੇ 'ਚ ਜਿਹੜੀ ਟਫਨੈਸ ਦਾ ਵੀ ਗੁਣ ਰਹੇ, ਉਹ ਝਟਕੇ ਥੋੜ੍ਹੇ ਜਿਹੇ ਸਹਿਣ ਕਰ ਸਕੇ। ਸੋ ਇਸ ਕਰਕੇ ਅਸੀਂ ਉਹਨੂੰ ਜਿਹੜੀ ਆ ਟੈਂਪਰਿੰਗ ਕਰਦੇ ਹਾਂ। ਟੈਂਪਰਿੰਗ ਹੈ ਕੀ ਆ, ਟੈਂਪਰਿੰਗ ਇਜ਼ ਏ ਹੀਟ ਟਰੀਟਮੈਂਟ ਪ੍ਰੋਸੈਸ ਕੰਸਿਸਟਿੰਗ ਆਫ ਰੀਹੀਟਰੀਟਡ ਟਰੀਟਿੰਗ ਦਾ ਹਾਰਡਨ ਸਟੀਲ ਟੂ ਏ ਟੈਂਪਰੇਚਰ ਬਲੋ 440 ਡਿਗਰੀ ਸੈਂਟੀਗ੍ਰੇਡ ਐਂਡ ਦੈਨ ਫੋਲੋਡ ਬਾਈ ਕੂਲਿੰਗ। ਤੋ ਅਸੀਂ ਇਹਦੇ ਵਿੱਚ ਕੀ ਕਰਦੇ ਹਾਂ, ਜਿਹੜਾ ਸਾਡਾ ਟੈਂਪਰੇਚਰ ਵਾ ਇਹਨੂੰ ਅਸੀਂ ਲਿਜਾਂਦੇ 440 ਡਿਗਰੀ, ਕਿਉਂਕਿ ਹਾਰਡਨੈਸ ਤਾਂ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਇਸੇ ਕਰਕੇ ਇਹ ਰੀਹੀਟਰੀਟਡ ਪ੍ਰੋਸੈਸ ਹੈਗਾ ਆ ਵੀ ਜਿਹੜੇ ਪਹਿਲਾਂ ਹੀ ਗਰਮ ਕੀਤੀ ਆ ਉਹਨੂੰ ਫਿਰ ਦੁਬਾਰਾ ਅਸੀਂ ਗਰਮ ਕਰਕੇ ਉਹਦੇ 'ਤੇ ਇਹ ਜਿਹੜਾ ਆ ਟੈਂਪਰਿੰਗ ਕਰਦੇ ਹਾਂ। ਕਹਿਣ ਦਾ ਭਾਵ ਕਿ 440 ਡਿਗਰੀ ਤੱਕ ਲਿਜਾਂਦੇ ਅਸੀਂ, ਉੱਥੋਂ ਘੱਟ ਵੀ ਹੋ ਸਕਦੀ, 340 ਵੀ, 320 ਵੀ, 200 ਤੋਂ ਉੱਪਰ ਹੋ ਜਾਂਦੀ, 240 ਵੀ ਹੋ ਸਕਦੀ ਆ, ਉਹ ਡਿਪੈਂਡ ਕਰਦਾ ਆ ਕਿ ਕਿੰਨਾ ਉਹਦੇ 'ਚ ਕਾਰਬਨ ਆ ਜਾਂ ਕਿਹੜੇ ਕੰਪੋਜੀਸ਼ਨ ਕੀ ਆ ਉਹਦੇ 'ਤੇ ਡਿਪੈਂਡ ਕਰਦਾ। ਸੋ ਉਸ ਹਿਸਾਬ ਦੇ ਨਾਲ ਅਸੀਂ ਉਹਨੂੰ ਜਿਹੜੀ ਆ ਉਹ ਟੈਂਪਰੇਚਰ ਦੇ ਦਿੰਦੇ ਹਾਂ, ਤਾਂ ਫਿਰ ਉਹਨੂੰ ਜਿਹੜੀ ਆ ਉਹਨੂੰ ਠੰਡਾ ਕਰ ਦਿੰਦੇ ਹਾਂ, ਫਿਰ ਠੰਡਾ ਕਰ ਦਿੰਦੇ ਹਾਂ ਉਹਨੂੰ। ਤੋ ਇਸ ਤਰੀਕੇ ਦੇ ਨਾਲ ਉਹਦੇ ਵਿੱਚ ਕੀ ਆ ਟੈਂਪਰਿੰਗ ਦਾ ਗੁਣ ਆ ਜਾਂਦਾ। ਸੋ ਉਹਦੇ 'ਚ ਟੈਂਪਰਿੰਗ ਹੋ ਜਾਂਦਾ, ਉਹਦੇ 'ਚ ਜਿਹੜੇ ਆ ਗੁਣ ਆ ਜਾਂਦੇ ਆ, ਥੋੜ੍ਹੀ ਉਹਦੇ 'ਚ ਜਿਹੜੀ ਆ ਡਕਟਿਲਿਟੀ ਆ ਜਾਂਦੀ ਆ। ਸੋ ਉਹ ਇਹ ਜਿਹੜੇ ਗੁਣ ਆ ਜਾਂਦੇ ਆ, ਹੁਣ ਪਰਪਜ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ, ਸਟੀਲ ਇਨ ਇਟਸ ਹਾਰਡਨ ਕੰਡੀਸ਼ਨ ਇਜ ਜਨਰਲੀ ਟੂ ਬ੍ਰਿਟਲ ਟੂ ਯੂਜ਼ ਫਾਰ ਸਰਟਨ ਫੰਕਸ਼ਨ। ਜਿਹੜਾ ਹਾਰਡਨ ਸਟੀਲ ਆ ਉਹ ਆਮ ਕੰਡੀਸ਼ਨਾਂ ਦੇ ਵਿੱਚ ਵਰਤਣ ਲਈ ਬਹੁਤ ਭੁਰਭਰਾ ਹੋ ਜਾਂਦਾ ਆ, ਉਹਦੇ 'ਚ ਭੁਰਭਰਾਪਣ ਦਾ ਗੁਣ ਹੁੰਦਾ ਆ, ਸੋ ਉਹ ਟੁੱਟਦਾ ਆ ਜਾਂ ਦੇਅਰ ਫੋਰ ਇਟ ਇਜ਼ ਟੈਂਪਰ, ਇਸ ਲਈ ਇਹਨੂੰ ਟੈਂਪਰ ਕੀਤਾ ਜਾਂਦਾ। ਸੋ ਟੈਂਪਰਿੰਗ ਕਿਉਂ ਕਰਦੇ ਹਾਂ, ਟੈਂਪਰਿੰਗ ਇਜ਼ ਡਨ ਟੂ ਰਿਲੀਵ ਦਾ ਇੰਟਰਨਲ ਸਟ੍ਰੈਸ, ਅੰਦਰਲੀ ਉਹਦੀ ਮਟੀਰੀਅਲ ਦੀ ਸਟ੍ਰੈਸ ਘਟਾਉਣ ਦੇ ਲਈ, ਰੈਗੂਲੇਟ ਦਾ ਹਾਰਡਨੈਸ, ਜਿਹੜੀ ਹਾਰਡਨੈਸ ਹੈ ਇਹਨੂੰ ਰੈਗੂਲੇਟ ਕਰਨ ਲਈ, ਸਹੀ ਕਰਨ ਦੇ ਲਈ, ਡੀਕਰੀਜ਼ ਦੀ ਬ੍ਰਿਟਲਨੈਸ, ਉਹਦੇ 'ਚ ਬ੍ਰਿਟਲਨੈਸ ਦਾ ਜਿਹੜਾ ਆ ਗੁਣ ਜਿਹੜਾ ਆ ਉਹ ਘਟਾਉਣ ਲਈ, ਭੁਰਭਰਾਪਣ ਉਹਦੇ 'ਚ ਥੋੜ੍ਹਾ ਘਟਾਉਣ ਲਈ, ਰੀਸਟੋਰ ਦਾ ਸਮ ਡਕਟਿਲਿਟੀ, ਕੁਛ ਉਹਦੇ 'ਚ ਡਕਟਿਲਿਟੀ ਦਾ ਗੁਣ ਲਿਆਉਣ ਦੇ ਲਈ। ਸੋ ਇੰਡਿਊਸ ਸ਼ੌਕ ਰਜਿਸਟੈਂਸ ਉਹਦੇ ਵਿੱਚ ਝਟਕੇ ਉਹ ਸਹਿਣ ਕਰ ਸਕੇ, ਇਸ ਕਰਕੇ ਅਸੀਂ ਜਿਹੜੀ ਆ ਉਹ ਟੈਂਪਰਿੰਗ ਕਰਦੇ ਹੈਗੇ ਹਾਂ। ਹੁਣ ਨੈਕਸਟ ਹੈਗਾ ਕਿ ਟੈਂਪਰਿੰਗ ਕਰਨ ਦੇ ਜਿਹੜੇ ਸਾਡੇ ਕੋਲ ਦੋ ਤਰੀਕੇ ਹੈਗੇ ਆ, ਇੱਕ ਸਿੰਗਲ ਹੀਟਿੰਗ ਮੈਥਡ ਵਾ, ਇੱਕ ਡਬਲ ਹੀਟਿੰਗ ਮੈਥਡ ਵਾ। ਜਿਵੇਂ ਮੈਂ ਤੁਹਾਨੂੰ ਦੱਸਿਆ ਆ ਕਿ ਪਹਿਲਾਂ ਅਸੀਂ ਹਾਰਡ ਕਰਦੇ ਹਾਂ ਫਿਰ ਅਸੀਂ ਉਹਨੂੰ ਟੈਂਪਰ ਕਰਦੇ ਹਾਂ, ਇਹਦਾ ਮਤਲਬ ਕਿ ਦੋ ਸਾਡੇ ਡਬਲ ਹੀਟਿੰਗ ਮੈਥਡ ਹੋ ਗਿਆ, ਪਹਿਲਾਂ ਤਾਂ ਉਹਨੂੰ ਹਾਰਡ ਕੀਤਾ ਫਿਰ ਉਹਨੂੰ ਦੁਬਾਰਾ ਅਸੀਂ ਹੀਟ ਕਰਕੇ ਫਿਰ ਉਹਨੂੰ ਜਿਹੜਾ ਆ ਟੈਂਪਰ ਕੀਤਾ। ਸੋ ਇਹ ਡਬਲ ਹੀਟਿੰਗ ਮੈਥਡ ਹੋ ਜਾਂਦਾ। ਸਿੰਗਲ ਹੀਟਿੰਗ ਮੈਥਡ ਦੇ ਵਿੱਚ ਕੀ ਆ, ਜਦੋਂ ਅਸੀਂ ਇੱਕੋ ਹੀ ਵਾਰੀ ਪੀਸ ਨੂੰ ਗਰਮ ਕਰਨਾ, ਅਸੀਂ ਉਹਦੇ ਵਿੱਚ ਕੀ ਕਰਦੇ ਹਾਂ ਉਹਨੂੰ ਗਰਮ ਕੀਤਾ, ਉਹਦੇ ਅਪਰ ਕ੍ਰਿਟੀਕਲ ਟੈਂਪਰੇਚਰ ਜਿਹੜਾ ਉਹ ਤੋਂ 30 ਤੋਂ 50 ਡਿਗਰੀ ਸੈਂਟੀਗ੍ਰੇਡ ਜਿਹੜਾ ਆ ਅਸੀਂ ਉੱਪਰ ਲੈਗਾ, ਉਸ ਤੋਂ ਬਾਅਦ ਅਸੀਂ ਉਹਨੂੰ ਇੱਕ ਪਾਸੇ ਤੋਂ ਪਾਣੀ ਦੇ ਵਿੱਚ ਪਾ ਦੇਣਾ, ਇੱਕ ਪਾਸੇ ਤੋਂ ਅਸੀਂ ਜਿਹੜਾ ਵੀ ਤੁਸੀਂ ਜਿਹਦੇ 'ਚ ਵੀ ਉਹਨੂੰ ਕੂਲਿੰਗ ਦੇਣੀ ਆ ਜਾਂ ਠੰਡਾ ਕਰਨਾ, ਓਇਲ ਵਾ, ਪਾਣੀ ਆ, ਜਿਹਦੇ 'ਚ ਵੀ ਆ ਉਹਦੇ 'ਚ ਅਸੀਂ ਉਹਨੂੰ ਉਹ ਪਾ ਦੇਣਾ ਆ ਠੰਡਾ ਕਰ ਦੇਣਾ। ਸੋ ਕੀ ਹੋਏਗਾ, ਉਹ ਜਿਹੜੀ ਦੂਸਰੀ ਸਾਈਡ ਆ ਜਿਹੜੀ ਉਸ ਕੂਲਿੰਗ ਮੀਡੀਆ ਤੋਂ ਬਾਹਰ ਹੈਗੀ ਆ, ਸੋ ਉਹ ਕੀ ਹੋਏਗਾ, ਉਹ ਗਰਮ ਰਹੇਗੀ, ਜਿਹੜੀ ਪਾਣੀ ਦੇ ਵਿੱਚ ਵਾ ਉਹ ਹੌਲੀ ਹੌਲੀ ਠੰਡੀ ਹੋ ਜਾਏਗੀ। ਸੋ ਜਿਹੜੇ ਪਿੱਛੇ ਉਹਦੇ ਕਲਰ ਹੈਗੇ ਆ ਉਹ ਚੇਂਜ ਹੋਣੇ ਸ਼ੁਰੂ ਹੋ ਜਾਏਗਾ, ਜਦੋਂ ਸਾਨੂੰ ਰਿਕੁਆਇਰਡ ਕਲਰ ਆ ਜਾਏਗਾ ਫਿਰ ਅਸੀਂ ਕੀ ਕਰਨਾ, ਉਸ ਪੀਸ ਨੂੰ ਜਿਹੜਾ ਆ ਜਦੋਂ ਸਾਡੇ ਕੋਲ ਰਿਕੁਆਇਰਡ ਕਲਰ ਆ ਗਿਆ ਵੀ 440 ਤੋਂ
ਟੈਂਪਰੇਚਰ ਜਾਂ ਚਾਰ ਜਿਹੜੀ ਹੈਗੀ ਆ 400 ਤੱਕ, ਜਿੰਨੇ ਤੱਕ ਉਹਦਾ ਸਾਨੂੰ ਚਾਹੀਦਾ ਹੈਗਾ ਟੈਂਪਰੇਚਰ, ਜਦੋਂ ਉਨਾ ਆ ਗਿਆ ਫਿਰ ਅਸੀਂ ਪੂਰੇ ਦੇ ਪੂਰੇ ਪੀਸ ਨੂੰ ਉਸ ਪਾਣੀ ਦੇ ਵਿੱਚ ਜਿਹੜਾ ਆ ਉਸ ਕੂਲਿੰਗ ਮੀਡੀਏ ਦੇ ਵਿੱਚ ਪਾ ਦੇਣਾ। ਤਾਂ ਉਹਦੇ ਨਾਲ ਕੀ ਹੋਏਗਾ, ਸਾਨੂੰ ਇੱਕ ਵਾਰੀ ਹੀਟ ਕੀਤੇ ਦੇ ਨਾਲ ਹੀ ਜਿਹੜਾ ਆ ਉਹ ਦੋਨੇ ਹੀ ਜਿਹੜੇ ਆ ਸਾਡੇ ਕੋਲ ਗੁਣ, ਹਾਰਡਨਿੰਗ ਵੀ ਹੋ ਗਈ ਸਾਡੀ ਅਤੇ ਟੈਂਪਰਿੰਗ ਵੀ ਹੋ ਗਈ, ਯਾਨੀ ਕਿ ਇਹ ਜਿਹੜਾ ਆ ਸਿੰਗਲ ਹੀਟਿੰਗ ਵਿਧੀ ਹੈਗੀ ਆ। ਸੋ ਇਹਦੇ ਵਿੱਚ ਅਸੀਂ ਜਿਹੜੀ ਆ ਉਹਦੀ ਇਹਦਾ, ਕਿਉਂਕਿ ਉਹਨੂੰ ਪਾਣੀ 'ਚ ਜਾਂ ਤੁਸੀਂ ਜਿਹੜਾ ਕੂਲਿੰਗ ਮੀਡੀਆ ਪਾਇਆ ਹੋਣਾ ਉੱਥੇ, ਹੁਣ ਅਸੀਂ ਉਹਦਾ ਟੈਂਪਰੇਚਰ ਕਿੰਨਾ ਹੋਏਗਾ ਉਹ ਸਾਨੂੰ ਕਿਵੇਂ ਪਤਾ ਲੱਗੇਗਾ, ਇਹ ਸਾਨੂੰ ਉਹਦੇ ਕਲਰ ਤੋਂ ਪਤਾ ਲੱਗ ਜਾਂਦਾ। ਉਹਦੇ ਕਲਰ ਰੰਗ ਜਿੱਦਾਂ ਜਿੱਦਾਂ ਉਹਦਾ ਜਿਹੜਾ ਟੈਂਪਰੇਚਰ ਹੋਏਗਾ ਉਹਦੇ ਕਲਰ ਚੇਂਜ ਹੁੰਦੇ ਜਾਣਗੇ, ਜੋ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ, ਜਾਂ ਤੁਸੀਂ ਚਾਰਟ ਤੋਂ ਵੀ ਦੇਖ ਸਕਦੇ ਆ, ਚਾਰਟ ਤੁਹਾਡਾ ਇੱਕ ਬਣਾ ਲਓ ਉਹ ਕਲ ਹੁੰਦਾ ਚਾਰਟ, ਤਾਂ ਉਹਦੇ ਨਾਲ ਤੁਸੀਂ ਜਿਹੜੇ ਆ ਉਹ ਕਲਰ ਕੋਡ ਜਿਹੜਾ ਦੇਖ ਕੇ, ਤਾਂ ਤੁਹਾਡੇ ਤਜਰਬੇ ਦੇ ਨਾਲ ਜਿਹੜਾ ਹੈਗਾ ਆ ਉਹ ਤੁਹਾਨੂੰ ਉਹ ਪਤਾ ਲੱਗ ਜਾਏਗਾ ਕਿ ਇਹਦਾ ਇਸ ਵੇਲੇ ਟੈਂਪਰੇਚਰ ਕਿੰਨਾ ਆ, ਤਾਂ ਕਿਸ ਵੇਲੇ ਇਹਨੂੰ ਪੂਰੇ ਦਾ ਪੂਰਾ ਅਸੀਂ ਪਾਣੀ ਦੇ ਵਿੱਚ ਬਦਲਣਾ ਪਾਉਣਾ ਹੈਗਾ ਆ। ਸੋ ਡਬਲ ਹੀਟਿੰਗ ਮੈਥਡ ਜਿਹੜਾ ਹੈਗਾ, ਤੁਹਾਨੂੰ ਮੈਂ ਡਬਲ ਹੀਟਿੰਗ ਮੈਥਡ ਦੱਸਿਆ, ਉਹਦੇ ਵਿੱਚ ਦੱਸਿਆ ਕਿ ਪਹਿਲਾਂ ਉਹਨੂੰ ਹਾਰਡ ਕਰਾਂਗੇ ਅਪਰ ਕ੍ਰਿਟੀਕਲ ਟੈਂਪਰੇਚਰ 'ਤੇ ਲਿਜਾ ਕੇ ਉਹਨੂੰ ਫਿਰ ਪਾਣੀ ਦੇ